ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿੰਬਸ ਅਕੈਡਮੀ ਚੰਡੀਗੜ੍ਹ ਦੇ ਯੂਟਿਊਬ ਚੈਨਲ 'ਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ, ਪੰਜਾਬ PCS 2024 ਦੀ ਨੋਟੀਫਿਕੇਸ਼ਨ ਬਹੁਤ ਹੀ ਜਲਦੀ ਜਾਰੀ ਕੀਤੀ ਜਾਊਗੀ। ਸੋ ਇਹਦੇ ਲਈ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਐਨਾਲਾਈਜ਼ ਕਰੀਏ, ਜੋ ਕਿ ਇਸ ਵਾਰ ਕਿਸ ਤਰੀਕੇ ਦੇ ਕੁਐਸਚਨਸ ਪੁੱਛੇ ਜਾ ਸਕਦੇ ਆ, ਉਹਦਾ ਇੱਕ ਥੋੜ੍ਹਾ ਜਿਹਾ ਆਪ ਬੋਲ ਸਕਦੇ ਹਾਂ ਗੈਸ ਲਗਾਇਆ ਜਾ ਸਕੇ। ਸੋ ਉਹੀ ਆਪਾਂ ਅੱਜ ਦੀ ਵੀਡੀਓ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖਾਂਗੇ ਵੀ ਕਿਹੜੇ ਸਬਜੈਕਟ ਦੇ ਵਿੱਚੋਂ ਕਿੰਨੇ ਕੁਐਸਚਨਸ ਪਿਛਲੇ 3 ਪੇਪਰਸ ਦੇ ਵਿੱਚ ਪੁੱਛੇ ਗਏ ਆ। ਪਿਛਲੇ 3 ਪੇਪਰਸ ਦੀ ਜਦੋਂ ਮੈਂ ਗੱਲ ਕਰਦਾ, ਇਹਦਾ ਮਤਲਬ ਹੈ 2015, 2018 ਐਂਡ 2021 ਦੇ ਵਿੱਚ ਜਿਹੜਾ ਆਪਣੇ ਕੋਲ ਪੇਪਰ ਹੋਇਆ, ਇਹਨਾਂ ਤਿੰਨਾਂ ਦੇ ਵਿੱਚ ਕਿਹੜੇ ਸਬਜੈਕਟ ਤੋਂ ਕਿੰਨੇ ਕੁਐਸਚਨਸ ਪੁੱਛੇ ਗਏ ਆ, ਸਭ ਤੋਂ ਪਹਿਲਾਂ ਉਹਨੂੰ ਦੇਖਾਂਗੇ। ਫਿਰ ਆਪਾਂ ਸਬਜੈਕਟ ਵਾਈਜ਼ ਐਨਾਲਿਸਿਸ ਕਰਾਂਗੇ ਵੀ ਹਰ ਇੱਕ ਸਬਜੈਕਟ ਦੇ ਵਿੱਚ ਕਿਹੜੇ ਉਹ ਕੁਝ ਗਿਣੇ ਚੁਣੇ ਟੌਪਿਕਸ ਆ ਜਿਹਤੋਂ ਹਮੇਸ਼ਾ ਕੁਐਸਚਨਸ ਪੁੱਛੇ ਜਾਂਦੇ ਆ। ਕਿਉਂਕਿ ਜਦੋਂ ਤੁਸੀਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਐਨਾਲਾਈਜ਼ ਕਰਦੇ ਹੋ ਤਾਂ ਤੁਹਾਨੂੰ ਸਮਝ ਆਊਗਾ ਵੀ ਵਾਰ-ਵਾਰ ਕਈ ਟੌਪਿਕਸ ਦੇ ਵਿੱਚੋਂ ਜਿਹੜੇ ਕੁਐਸਚਨਸ ਆ ਉਹ ਰਿਪੀਟ ਹੁੰਦੇ ਆ, ਰਾਈਟ। ਸੋ ਅੱਗੇ ਚੱਲ ਕੇ ਮੈਂ ਤੁਹਾਨੂੰ ਉਹੀ ਦੱਸੂਗਾ ਵੀ ਉਹ ਕਿਹੜੇ-ਕਿਹੜੇ ਟੌਪਿਕਸ ਆ। ਸੋ ਆਪਣੀ ਨੋਟਬੁੱਕਸ ਨਾਲ ਲੈ ਕੇ ਬੈਠ ਜਾਣਾਗਾ, ਪੈਨ ਐਂਡ ਕਾਪੀਜ਼ ਨੂੰ ਓਪਨ ਕਰ ਲਓ ਔਰ ਸਾਥ ਹੀ ਸਾਥ ਉਹਨੂੰ ਮੈਂਸ਼ਨ ਕਰਦੇ ਜਾਣਾ ਵੀ ਕਿਹੜੀ-ਕਿਹੜੀ ਚੀਜ਼ਾਂ ਇੰਪੋਰਟੈਂਟ ਆ। ਬਟ ਉਸ ਤੋਂ ਪਹਿਲਾਂ, ਅਗਰ ਤੁਸੀਂ ਇਸ ਚੈਨਲ 'ਤੇ ਨਿਊ ਹੋ ਔਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ, ਦੈਨ ਡੂ ਸਬਸਕ੍ਰਾਈਬ ਦਾ ਚੈਨਲ ਐਂਡ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਕਿਉਂਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਇੰਪੋਰਟੈਂਟ ਵੀਡੀਓਜ਼ ਰਿਲੇਟਡ ਟੂ ਪੰਜਾਬ PCS 2024 ਆਪਾਂ ਅਪਲੋਡ ਕਰਨ ਵਾਲੇ ਹਾਂ ਔਰ ਬਹੁਤ ਸਾਰਾ ਨਏ ਇਨੀਸ਼ੀਏਟਿਵਸ ਵੀ ਆਪਾਂ ਨੂੰ ਇਸ ਚੈਨਲ ਦੇ ਉੱਪਰ ਦੇਖਣ ਨੂੰ ਮਿਲਣਗੇ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਸਬਸਕ੍ਰਾਈਬ ਕਰ ਲਈਏ ਔਰ ਸਾਥ ਹੀ ਸਾਥ ਬੈਲ ਆਈਕਨ ਨੂੰ ਪ੍ਰੈਸ ਕਰ ਲਈਏ। ਸੋ ਅਗਰ ਆਪਾਂ ਸਟਾਰਟ ਕਰੀਏ ਸਭ ਤੋਂ ਪਹਿਲਾਂ ਕਿ ਪ੍ਰੀਵੀਅਸ ਈਅਰ ਪੇਪਰਸ ਦੇ ਵਿੱਚ ਕਿਹੜੇ ਸਬਜੈਕਟ ਤੋਂ ਕਿੰਨੇ ਕੁਐਸਚਨਸ ਪੁੱਛੇ ਗਏ ਆ। ਸੋ ਇੱਥੇ ਮੈਂ ਅਲੱਗ ਅਲੱਗ ਕੈਟੇਗਰੀਜ਼ ਦੇ ਵਿੱਚ ਸਬਜੈਕਟ ਨੂੰ ਡਿਵਾਈਡ ਕਰ ਲਿਆ। ਸਭ ਤੋਂ ਪਹਿਲਾਂ ਦੇਖੋ ਹਿਸਟਰੀ, ਹਿਸਟਰੀ ਦੀ ਅਗਰ ਆਪਾਂ ਗੱਲ ਕਰੀਏ ਤਾਂ 2015 ਦੇ ਵਿੱਚ ਟੋਟਲ 16 ਕੁਐਸਚਨ ਹਿਸਟਰੀ ਤੋਂ ਪੁੱਛੇ ਗਏ, 2018 ਦੇ ਵਿੱਚ 20 ਕੁਐਸਚਨ ਜਿਹੜੇ ਹੈਗੇ ਉਹ ਹਿਸਟਰੀ ਤੋਂ ਪੁੱਛੇ ਗਏ ਐਂਡ 2021 ਦੇ ਵਿੱਚ 13 ਕੁਐਸਚਨ ਜਿਹੜੇ ਹੈਗੇ ਉਹ ਹਿਸਟਰੀ ਤੋਂ ਪੁੱਛੇ ਗਏ ਆ। ਇੱਥੇ ਜਦੋਂ ਮੈਂ ਹਿਸਟਰੀ ਦੀ ਗੱਲ ਕਰ ਰਿਹਾ ਤਾਂ ਮੈਂ ਖਾਸ ਤੌਰ 'ਤੇ ਇੰਡੀਅਨ ਹਿਸਟਰੀ ਐਂਡ ਵਰਲਡ ਹਿਸਟਰੀ ਦੀ ਗੱਲ ਕਰ ਰਿਹਾ, ਪੰਜਾਬ ਹਿਸਟਰੀ ਦੇ ਕੁਐਸਚਨਸ ਇਸ ਨੰਬਰਸ ਦੇ ਵਿੱਚ ਇਨਕਲੂਡਡ ਨਹੀਂ ਗਾ, ਉਹ ਆਪਾਂ ਲੇਟਰ ਔਨ ਡਿਸਕਸ ਕਰਾਂਗੇ, ਰਾਈਟ। ਸੋ ਹਿਸਟਰੀ ਇਜ਼ ਇੰਪੋਰਟੈਂਟ। ਔਨ ਐਨ ਐਵਰੇਜ ਅਗਰ ਆਪਾਂ ਦੇਖੀਏ 15-20% ਦੀ ਵੇਟੇਜ ਜਿਹੜੀ ਹੈਗੀ ਆ ਜਰਨਲ ਸਟੱਡੀਜ਼ ਦੇ ਪੇਪਰ ਦੇ ਵਿੱਚ ਹਿਸਟਰੀ ਦੀ ਰਹਿੰਦੀ ਹੈ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਹਿਸਟਰੀ ਨੂੰ ਬਹੁਤ ਹੀ ਸਹੀ ਤਰੀਕੇ ਦੇ ਨਾਲ ਕਰੀਏ, ਰਾਈਟ, ਕਿਉਂਕਿ ਇਹਦੇ ਵਿੱਚ ਏਨਸ਼ੀਅੰਟ, ਮਿਡੀਵਲ ਐਂਡ ਮਾਡਰਨ ਤਿੰਨੋਂ ਹੀ ਹਿਸਟਰੀਜ਼ ਇੰਪੋਰਟੈਂਟ ਹੈ। ਪਲੱਸ ਇੱਕ ਐਡੀਸ਼ਨਲ ਚੀਜ਼ ਜਿਹੜੀ ਪੰਜਾਬ PCS ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਦੈਟ ਇਜ਼ ਵਰਲਡ ਹਿਸਟਰੀ। ਵਰਲਡ ਹਿਸਟਰੀ ਤੋਂ ਕੁਐਸਚਨਸ ਹਰ ਸਾਲ ਪੁੱਛੇ ਗਏ ਆ। ਸੋ ਇਟ ਇਜ਼ ਇੰਪੋਰਟੈਂਟ ਕਿ ਆਪਾਂ ਵਰਲਡ ਹਿਸਟਰੀ ਦੇ ਉੱਪਰ ਵੀ ਫੋਕਸ ਕਰੀਏ, ਰਾਈਟ। ਦੈਨ ਜੋਗ੍ਰਾਫੀ ਦੀ ਅਗਰ ਆਪਾਂ ਗੱਲ ਕਰੀਏ, ਜੋਗ੍ਰਾਫੀ ਦੇ ਵਿੱਚੋਂ 9 ਕੁਐਸਚਨ 2015 ਦੇ ਵਿੱਚ, 7 2018 ਦੇ ਵਿੱਚ ਐਂਡ 8 2021 ਦੇ ਵਿੱਚ। ਤਾਂ ਮਤਲਬ ਬਹੁਤ ਜ਼ਿਆਦਾ ਕੁਐਸਚਨਸ ਨਹੀਂ, ਬਟ ਸਟਿਲ 5-7-8 ਕੁਐਸਚਨਸ ਬਹੁਤ ਇੰਪੋਰਟੈਂਟ ਹੋ ਜਾਂਦੇ ਆ, ਕਿਉਂਕਿ ਪੰਜਾਬ PCS ਦੇ ਵਿੱਚ ਤੁਹਾਨੂੰ ਪਤਾ ਵੀ ਆਪਣੇ ਜਿਹੜੀ ਟੋਟਲ ਕੱਟ ਆਫ ਬਣਦੀ ਆ ਉਹ ਬਣਦੀ ਆ ਦੋਨੋਂ ਪੇਪਰਸ ਦੇ ਨੰਬਰ ਨੂੰ ਰਲਾ ਕੇ, ਬੋਥ ਜਰਨਲ ਸਟੱਡੀਜ਼ ਐਂਡ CSET। ਸੋ ਆਪਾਂ ਕਿਤੇ ਵੀ ਲੈਕ ਨਹੀਂ ਕਰ ਸਕਦੇ, ਹਰ ਇੱਕ ਨੰਬਰ, ਹਰ ਇੱਕ ਕੁਐਸਚਨ ਆਪਣੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ, ਰਾਈਟ। ਕਿਉਂਕਿ ਕਈ ਐਸੇ ਕੁਐਸਚਨ ਆਪਾਂ ਨੂੰ ਸਟੂਡੈਂਟਸ ਦੇਖਣ ਨੂੰ ਮਿਲਣਗੇ, ਆਪਾਂ ਕਹਿ ਸਕਦੇ ਹਾਂ, ਜਿਹਨਾਂ ਦਾ ਜਰਨਲ ਸਟੱਡੀਜ਼ ਦੇ ਵਿੱਚ ਹੱਥ ਠੀਕ ਠਾਕ ਹੁੰਦਾ, ਬਟ CSET ਦੇ ਵਿੱਚ ਬਹੁਤ ਬਹੁਤ ਹੀ ਜ਼ਿਆਦਾ ਠੀਕ ਠਾਕ ਹੁੰਦੇ, ਆਪਾਂ ਕਹਿ ਸਕਦੇ ਹਾਂ ਹਾਲਾਤ ਥੋੜ੍ਹੇ ਜਿਹੇ ਬੁਰੇ ਹੁੰਦੇ ਆ। ਸੋ ਅਗਰ ਤੁਸੀਂ CSET ਦੇ ਵਿੱਚ ਥੋੜ੍ਹੇ ਕਮਜ਼ੋਰ ਹੋ ਤਾਂ ਦੈਨ ਤੁਹਾਨੂੰ ਬਹੁਤ ਮਿਹਨਤ ਕਰਨੀ ਪਊਗੀ ਜਰਨਲ ਸਟੱਡੀਜ਼ ਦੇ ਉੱਪਰ। ਔਰ ਕਈ ਸਟੂਡੈਂਟਸ ਐਸੇ ਹੋਣਗੇ ਜਿਹੜੇ CSET ਦੇ ਵਿੱਚ ਬਹੁਤ ਅੱਛੇ ਨੰਬਰ ਜਿਹੜੇ ਆ ਉਹ ਲੈ ਕੇ ਆਉਂਦੇ ਨੇ, ਸੋ ਉਹਨਾਂ ਲਈ ਜਰਨਲ ਸਟੱਡੀਜ਼ ਦੇ ਵਿੱਚ ਕੋਈ 2-4 ਕੁਐਸਚਨਸ ਰਹਿ ਵੀ ਜਾਂਦੇ ਆ ਤਾਂ ਉਧਰੋਂ ਉਹ ਉਸ ਚੀਜ਼ ਦੀ ਰਿਕਵਰੀ ਕਰ ਲੈਂਦੇ ਆ, ਰਾਈਟ। ਬਟ ਇਸ ਲਈ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਆਪਾਂ ਜਰਨਲ ਸਟੱਡੀਜ਼ ਦੇ ਉੱਪਰ ਥੋੜ੍ਹਾ ਧਿਆਨ ਦੇਈਏ, ਰਾਈਟ। ਦੈਨ ਉਸ ਤੋਂ ਬਾਅਦ ਇੰਡੀਅਨ ਪੋਲਿਟੀ ਐਂਡ ਥਿੰਕਰਸ,
ਅੱਛਾ, ਇਹ ਇੱਕ ਨਵੀਂ ਚੀਜ਼ ਹੈ ਜਿਹੜੀ ਤੁਹਾਨੂੰ ਹੋਰ ਕਿਸੇ ਵੀ ਸਟੇਟ ਸਿਵਲ ਸਰਵਿਸਿਜ਼ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ, ਇਨਫੈਕਟ UPSC ਦੇ ਵਿੱਚ ਵੀ ਦੇਖਣ ਨੂੰ ਨਹੀਂ ਮਿਲੂਗੀ। ਇੱਥੇ ਇੰਡੀਅਨ ਪੋਲਿਟੀ ਦੇ ਕੁਐਸਚਨਸ ਵੀ ਪੁੱਛੇ ਜਾਂਦੇ ਆ, ਨਾਲ ਹੀ ਨਾਲ ਕੁਛ ਵੈਸਟਰਨ ਪੋਲੀਟੀਕਲ ਥਿੰਕਰਸ ਦੇ ਉੱਪਰ ਕੁਐਸਚਨਸ ਪੁੱਛੇ ਜਾਂਦੇ ਆ, ਉਹਨਾਂ ਦੀ ਕੋਟੇਸ਼ਨਸ ਦੇ ਉੱਪਰ, ਉਹਨਾਂ ਨੇ ਅਗਰ ਕਿਸੇ ਟਰਮ ਨੂੰ ਐਕਸਪਲੇਨ ਕੀਤਾ, ਲਾਈਕ ਡੈਮੋਕ੍ਰੇਸੀ ਹੋ ਗਿਆ, ਡੈਮੋਕ੍ਰੇਸੀ ਕਿਹੜੀ ਥਿੰਕਰ ਦੇ ਦੁਆਰਾ ਡੈਮੋਕ੍ਰੇਸੀ ਦੇ ਉੱਪਰ ਕੀ ਵਿਚਾਰ ਦਿੱਤਾ ਗਿਆ, ਸੋ ਇਸ ਤਰੀਕੇ ਦੇ ਕੁਐਸਚਨਸ ਵੀ ਇੱਥੇ ਪੁੱਛੇ ਜਾਂਦੇ ਆ, ਸੋ ਵੀ ਇੰਪੋਰਟੈਂਟ ਹੋ ਜਾਂਦਾ। 17 ਕੁਐਸਚਨਸ 2015 ਦੇ ਵਿੱਚ, 13 ਕੁਐਸਚਨਸ 2018 ਦੇ ਵਿੱਚ, ਐਂਡ 7 ਕੁਐਸਚਨਸ 2021 ਦੇ ਵਿੱਚ, ਮਤਲਬ 15-20% ਦੀ ਔਨ ਐਨ ਐਵਰੇਜ ਰਹਿੰਦੀ ਆ, ਰਾਈਟ। ਦੈਨ ਉਸ ਤੋਂ ਬਾਅਦ ਇੰਡੀਅਨ ਇਕੋਨਮੀ, ਇੰਡੀਅਨ ਇਕੋਨਮੀ ਦੀ ਅਗਰ ਆਪਾਂ ਥੋੜ੍ਹਾ ਜਿਹਾ ਹਿਸਟਰੀ ਦੇ ਵਿੱਚ ਜਾਈਏ, ਮਤਲਬ ਪੰਜਾਬ PCS ਦੀ ਹਿਸਟਰੀ ਦੇ ਵਿੱਚ, ਸਰ 2015 ਦੇ ਵਿੱਚ, 2018 ਦੇ ਵਿੱਚ ਕੋਈ ਬਹੁਤ ਜ਼ਿਆਦਾ ਕੁਐਸਚਨਸ ਨਹੀਂ ਪੁੱਛੇ ਗਏ, ਬਟ 2021 ਦੇ ਵਿੱਚ ਡਿਊਰਿੰਗ ਕੋਵਿਡ ਜਿਹੜਾ ਆਪਾਂ ਨੂੰ ਇਹ ਪੇਪਰ ਦੇਖਣ ਨੂੰ ਮਿਲਿਆ, ਉਸ ਟਾਈਮ 'ਤੇ ਇਕੋਨਮੀ ਦੇ ਉੱਪਰ ਬਹੁਤ ਸਾਰੇ ਕੁਐਸਚਨਸ ਪੁੱਛੇ ਗਏ। ਹਾਲਾਂਕਿ ਇਹ ਐਕਸਪੈਕਟ ਕੀਤਾ ਜਾ ਰਿਹਾ ਸੀ ਉਸ ਟਾਈਮ 'ਤੇ ਕਿ ਕਰੰਟ ਅਫੇਅਰਸ ਦੇ ਵਿੱਚ ਕੁਛ ਖਾਸ ਹੋ ਤਾਂ ਰਿਹਾ ਹੀ ਨਹੀਂ ਸੀ, ਸੋ ਮਤਲਬ ਘੱਟ ਕੁਐਸਚਨਸ ਪੁੱਛੇ ਜਾਣਗੇ, ਬਟ ਇੱਥੇ ਇੰਡੀਅਨ ਇਕੋਨਮੀ 'ਤੇ ਕੁਐਸਚਨਸ ਪੁੱਛੇ ਗਏ, ਔਰ ਉਹ ਵੀ 1, 2, 4, 10 ਨਹੀਂ, ਟੋਟਲ ਆਪਣੇ ਕੋਲ 20 ਕੁਐਸਚਨਸ, ਔਰ ਇਹ 20 ਕੁਐਸਚਨਸ ਕਰੰਟ ਅਫੇਅਰਸ ਕੱਢ ਕੇ ਆਪਾਂ ਕਹਿ ਸਕਦੇ ਹਾਂ, ਕਰੰਟ ਅਫੇਅਰਸ ਵਾਲਾ ਕੋਈ ਟੋਪਿਕ ਮੈਂ ਇੱਥੇ ਕਵਰ ਨਹੀਂ ਕਰ ਰਿਹਾ। ਇਹਦੇ ਵਿੱਚ 20 ਕੁਐਸਚਨਸ ਪੁੱਛੇ ਗਏ ਆ ਜਿਹੜੇ ਆਪਾਂ ਕਹਿ ਸਕਦੇ ਹਾਂ ਕੋਰ ਇਕੋਨਮੀ ਦੇ ਵਿੱਚੋਂ ਕੁਐਸਚਨਸ ਪੁੱਛੇ ਗਏ ਆ, ਰਾਈਟ। ਅਗਰ ਕਰੰਟ ਅਫੇਅਰਸ ਨੂੰ ਵਿੱਚ ਜੋੜ ਲੈਂਦੇ ਤੁਸੀਂ 2021 ਦੇ ਵਿੱਚ, ਤਾਂ ਅਪਰੋਕਸੀਮੇਟਲੀ 50% ਤੋਂ ਜ਼ਿਆਦਾ ਜਿਹੜਾ ਆਪਣਾ ਪੇਪਰ ਆ ਉਹ ਸਿਰਫ ਕਰੰਟ ਓਰੀਐਂਟਡ ਰਿਹਾ 2021 ਦੇ ਵਿੱਚ, ਇਟ ਇਜ਼ ਇੰਪੋਰਟੈਂਟ। ਫਿਰ ਉਸ ਤੋਂ ਬਾਅਦ ਇਨਵਾਇਰਮੈਂਟ ਐਂਡ ਇਕੋਲੋਜੀ, ਠੀਕ ਠਾਕ ਕੁਐਸਚਨਸ ਆਉਂਦੇ ਆ, 10 ਕੁਐਸਚਨ 2015 ਦੇ ਵਿੱਚ, 6 ਕੁਐਸਚਨ 2018 ਦੇ ਵਿੱਚ, ਐਂਡ 6 ਹੀ ਕੁਐਸਚਨ 2021 ਦੇ ਵਿੱਚ, 5-10 ਕੁਐਸਚਨਸ ਦੀ ਐਵਰੇਜ ਰਹਿੰਦੀ ਆ, ਔਰ ਇਹ ਮੋਸਟਲੀ ਕਰੰਟ ਓਰੀਐਂਟਡ ਹੀ ਰਹਿੰਦੇ ਆ। ਇੱਥੇ ਸਟੈਟਿਕ ਇਨਵਾਇਰਮੈਂਟ ਇਕੋਲੋਜੀ ਦੇ ਉੱਪਰ ਇੰਨਾ ਫੋਕਸ ਕਰਨ ਦੀ ਜ਼ਰੂਰਤ ਮੇਰੇ ਅਕੋਰਡਿੰਗ ਨਹੀਂ ਗੀ, ਬਟ ਹਾਂ ਸਮਝਣ ਦੇ ਲਈ ਤੁਹਾਨੂੰ ਉਹ ਚੀਜ਼ ਜਿਹੜੀ ਆ ਉਹ ਇੰਪੋਰਟੈਂਟ ਹੋ ਜਾਂਦੀ ਆ, ਵੀ ਵਟ ਇਜ਼ ਬਾਇਓਡਾਇਵਰਸਿਟੀ, ਵਟ ਇਜ਼ ਬਾਇਓਡਾਇਵਰਸਿਟੀ ਦੀ ਕੰਜ਼ਰਵੇਸ਼ਨ, ਠੀਕ ਹੈ, IUCN ਲਿਸਟ ਕੀ ਹੁੰਦੀ ਹੈ, ਉਹ ਜੀ ਬੇਸਿਕ ਚੀਜ਼ਾਂ ਤੁਹਾਨੂੰ ਥੋੜ੍ਹੀਆਂ ਪਤਾ ਹੋਣੀਆਂ ਚਾਹੀਦੀਆਂ। ਦੈਨ ਉਸ ਤੋਂ ਬਾਅਦ ਸਾਇੰਸ ਐਂਡ ਟੈਕਨੋਲੋਜੀ, ਸਾਇੰਸ ਐਂਡ ਟੈਕਨੋਲੋਜੀ ਬਹੁਤ ਇੰਪੋਰਟੈਂਟ ਹੋ ਜਾਂਦਾ, 2015 ਦੇ ਵਿੱਚ 12 ਕੁਐਸਚਨਸ, 2018 ਦੇ ਵਿੱਚ 16 ਕੁਐਸਚਨ, 2021 ਦੇ ਵਿੱਚ 4 ਕੁਐਸਚਨ, ਲੇਕਿਨ 2015-18 ਦੇ ਵਿੱਚ ਬਹੁਤ ਕੁਐਸਚਨ ਪੁੱਛੇ ਗਏ, ਔਰ ਜ਼ਿਆਦਾਤਰ ਸਾਇੰਸ ਐਂਡ ਟੈਕਨੋਲੋਜੀ ਦੇ ਜਿਹੜੇ ਕੁਐਸਚਨਸ ਮੈਂ ਤੁਹਾਨੂੰ ਦੱਸ ਰਿਹਾ, ਇਹਦੇ ਵਿੱਚੋਂ ਜ਼ਿਆਦਾਤਰ ਕੁਐਸਚਨ, ਮੋਰ ਦੈਨ 60% ਕੁਐਸਚਨ, ਸਿਰਫ ਔਰ ਸਿਰਫ NCERT ਓਰੀਐਂਟਿਡ ਆ, ਮਤਲਬ ਬਿਲਕੁਲ ਜਰਨਲ ਸਾਇੰਸ ਦੇ ਕੁਐਸਚਨਸ, ਔਰ ਕੁਛ ਜੋ ਰੀਸੈਂਟ ਡਿਸਕਵਰੀਜ਼ ਐਂਡ ਟੈਕਨੋਲੋਜੀਜ਼ ਆਪਾਂ ਨੂੰ ਨਿਊਜ਼ 'ਚ ਦੇਖਣ ਨੂੰ ਮਿਲਦੀਆਂ, ਸਪੇਸ ਟੈਕਨੋਲੋਜੀ, ਉਸ 'ਤੇ ਵੀ ਕੁਐਸਚਨ ਪੁੱਛ ਲਿਆ ਜਾਂਦਾ, ਰਾਈਟ। ਦੈਨ ਉਸ ਤੋਂ ਬਾਅਦ ਆਪਣੇ ਕੋਲ ਆ ਕਰੰਟ ਅਫੇਅਰਸ, ਕਰੰਟ ਅਫੇਅਰਸ ਬਹੁਤ ਇੰਪੋਰਟੈਂਟ ਹੈ, 19 ਡਾਇਰੈਕਟ ਕੁਐਸਚਨ ਆ ਕਰੰਟ ਅਫੇਅਰ ਦੇ 2015 ਦੇ ਵਿੱਚ, 22 2018 ਦੇ ਵਿੱਚ, ਐਂਡ 37, ਧਿਆਨ ਨਾਲ ਦੇਖੋ 37 ਕੁਐਸਚਨ, ਇਹ ਜਿਹੜੇ 37 ਕੁਐਸਚਨ ਆ ਸਿਰਫ ਔਰ ਸਿਰਫ ਕਰੰਟ ਓਰੀਐਂਟਿਡ ਆ। ਜਿੱਦਾਂ ਤੁਸੀਂ ਕਰੰਟ ਅਫੇਅਰ ਪੜ੍ਹਦੇ ਹੋਵੋਗੇ, ਕਰੰਟ ਅਫੇਅਰ ਦੀਆਂ ਮੈਗਜ਼ੀਨਸ ਪੜ੍ਹਦੇ ਹੋਵੋਗੇ, ਕੋਈ ਵੀ ਟੋਪਿਕ ਜੇ ਨਿਊਜ਼ ਦੇ ਵਿੱਚ ਚੱਲ ਰਿਹਾ ਤਾਂ ਉਸ ਟੋਪਿਕ ਦੇ ਬਾਰੇ 'ਚ ਕੁਐਸਚਨ ਪੁੱਛਿਆ ਗਿਆ, ਰਾਈਟ। ਕੋਈ ਵੀ ਚੀਜ਼ ਅਗਰ ਨਿਊਜ਼ ਦੇ ਵਿੱਚ ਚੱਲ ਰਹੀ ਹੈ ਉਹਦੇ ਬਾਰੇ ਪੁੱਛਿਆ ਗਿਆ, ਨਾ ਕਿ ਕਰੰਟ ਅਫੇਅਰਸ ਦੇ ਵਿੱਚ ਚੱਲ ਕੀ ਰਿਹਾ ਸੀ ਉਹ ਪੁੱਛਿਆ ਗਿਆ। ਜੋ ਵੀ ਕੀਵਰਡ ਤੁਹਾਨੂੰ ਕਰੰਟ ਅਫੇਅਰ ਦੇ ਵਿੱਚ ਦੇਖਣ ਨੂੰ ਮਿਲਦਾ, ਕੋਈ ਸਕੀਮ ਦੇ ਬਾਰੇ ਹੋ ਸਕਦਾ ਉਹ ਸਕੀਮ ਬਹੁਤ ਪੁਰਾਣੀ ਹੋਵੇ, ਕੋਈ ਇਨੀਸ਼ੀਏਟਿਵ ਦੇ ਬਾਰੇ ਹੋ ਸਕਦਾ ਉਹ ਇਨੀਸ਼ੀਏਟਿਵ ਬਹੁਤ ਪੁਰਾਣਾ ਹੋਵੇ, ਲੇਕਿਨ ਉਸ ਦੇ ਉੱਪਰ ਕੁਐਸਚਨ ਇੱਥੇ 2021 ਦੇ ਵਿੱਚ ਪੁੱਛੇ ਗਏ। 2021 ਦਾ ਜਿਹੜਾ ਪੇਪਰ ਆ ਇਹ ਤਾਂ ਸਿਰਫ ਕਰੰਟ ਓਰੀਐਂਟਿਡ ਆ, ਸਾਇੰਸ ਐਂਡ ਟੈਕਨੋਲੋਜੀ ਦੇ ਕੁਐਸਚਨ ਵੀ ਇਹਦੇ ਵਿੱਚ ਰਲਾਓ, ਦੈਨ ਇਸ ਦੇ ਬਾਅਦ ਇਕੋਲੋਜੀ ਦੇ ਕੁਐਸਚਨ ਵੀ ਇਹਦੇ ਵਿੱਚ ਰਲਾਓ, ਤਾਂ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਵੀ ਅਪਰੋਕਸੀਮੇਟਲੀ 50% ਜਿਹੜਾ ਪੇਪਰ ਸੀ ਆਪਣਾ ਉਹ ਕਰੰਟ ਓਰੀਐਂਟਿਡ ਸੀ।
ਸੋ ਇਸ ਵਾਰ ਵੀ ਪੂਰੇ ਪੂਰੇ ਚਾਂਸਿਸ ਆ ਵੀ ਪੇਪਰ ਦੇ ਵਿੱਚ ਜਿਹੜਾ ਕਰੰਟ ਅਫੇਅਰ ਆ ਉਹ ਕਾਫੀ ਜ਼ਿਆਦਾ ਡੋਮੀਨੇਟ ਕਰ ਸਕਦਾ ਗਾ। ਔਰ ਕੁਐਸਚਨਸ ਵੀ ਕਾਫੀ ਲੈਂਥੀ ਪੁੱਛੇ ਗਏ ਸੀ 2021 ਦੇ ਵਿੱਚ। ਇਸ ਤੋਂ ਬਾਅਦ ਵੀਡੀਓਜ਼ ਅਪਲੋਡ ਹੋਣਗੀਆਂ, ਤੁਸੀਂ ਉਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖ ਲੈਣਾ। 2015, 2018, 2021 ਇਹਨਾਂ ਤਿੰਨਾਂ ਪੇਪਰਸ ਦੀ ਡਿਸਕਸ਼ਨ ਮੈਂ ਕੀਤੀ ਆ, ਅੱਗੇ ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ, ਰਾਈਟ। ਦੈਨ ਉਸ ਤੋਂ ਬਾਅਦ ਪੰਜਾਬ GK, ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਪੰਜਾਬ GK ਦੀ ਕਿੰਨੀ ਕੁ ਵੇਟੇਜ ਰਹਿੰਦੀ ਹੈ। ਸੋ ਪੰਜਾਬ GK ਤੋਂ 12 ਕੁਐਸਚਨ ਪੁੱਛੇ ਗਏ 2015 ਦੇ ਵਿੱਚ, 9 ਕੁਐਸਚਨ ਪੁੱਛੇ ਗਏ 2018 ਦੇ ਵਿੱਚ, ਐਂਡ 5 ਕੁਐਸਚਨ ਪੁੱਛੇ ਗਏ 2021 ਦੇ ਵਿੱਚ, ਰਾਈਟ। ਸੋ ਮਤਲਬ ਪੰਜਾਬ GK ਤੋਂ ਕੁਐਸਚਨਸ ਆਉਂਦੇ ਆ। 2021 ਦੇ ਵਿੱਚ ਥੋੜ੍ਹੇ ਘੱਟ ਸੀ, ਅਦਰਵਾਈਜ਼ ਪੰਜਾਬ GK ਦੇ ਵਿੱਚ ਆਪਾਂ ਹਿਸਟਰੀ ਦੀ ਜੇ ਗੱਲ ਕਰੀਏ, ਆਰਟ ਐਂਡ ਕਲਚਰ ਲਿਟਰੇਚਰ ਦੀ ਗੱਲ ਕਰੀਏ, ਉੱਥੋਂ ਕੁਐਸਚਨ ਆਉਂਦਾ, ਐਂਡ ਜੋਗ੍ਰਾਫੀ। ਬੜਾ ਸਿੰਪਲ ਆ, ਪੰਜਾਬ GK ਦਾ ਇੱਕ ਵੀ ਕੁਐਸਚਨ ਥੋੜ੍ਹਾ ਗਲਤ ਨਹੀਂ ਹੋਊਗਾ, ਅਗਰ ਤੁਸੀਂ ਅੱਗੇ ਜੋ ਮੈਂ ਤੁਹਾਨੂੰ ਦੱਸਣ ਵਾਲਿਆਂ ਜਿਹੜੇ ਟੋਪਿਕਸ, ਉਹਨਾਂ ਟੋਪਿਕਸ ਨੂੰ ਤੁਸੀਂ ਕਵਰ ਕਰ ਲੈਣੇ। ਉਸ ਤੋਂ ਬਾਅਦ ਕਦੇ ਵੀ ਕੁਐਸਚਨ ਨਹੀਂ ਆਊਗਾ ਔਰ ਨਾ ਹੀ ਅੱਗੇ ਆਉਣ ਵਾਲਾ, ਰਾਈਟ। ਸੋ ਇਟ ਇਜ਼ ਵੈਰੀ ਇੰਪੋਰਟੈਂਟ। ਦੈਨ ਇੰਪੋਰਟੈਂਟ ਟੋਪਿਕਸ ਫੋਰ ਹਿਸਟਰੀ, ਅਗਰ ਆਪਾਂ ਪਰਟੀਕੁਲਰਲੀ ਹਿਸਟਰੀ ਨੂੰ ਦੇਖੀਏ ਤਾਂ ਹਿਸਟਰੀ ਦੇ ਵਿੱਚ ਕਿਹੜੇ ਕਿਹੜੇ ਇੰਪੋਰਟੈਂਟ ਟੋਪਿਕਸ ਆ ਉਹ ਜਾਣਨ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਹਿਸਟਰੀ ਦੇ ਵਿੱਚੋਂ ਕਿਹੜੇ ਸੈਕਸ਼ਨ 'ਚੋਂ ਕਿੰਨੇ ਕੁਐਸਚਨ ਪੁੱਛੇ ਜਾਂਦੇ ਆ। ਏਨਸ਼ੀਅੰਟ, ਮਿਡੇਵਲ, ਮਾਡਰਨ, ਪੰਜਾਬ ਹਿਸਟਰੀ ਐਂਡ ਵਰਲਡ ਹਿਸਟਰੀ, ਆਪਣੇ ਕੋਲ ਟੋਟਲ 5 ਏਰੀਆਜ਼ ਆ ਜਿੱਥੋਂ ਕੁਐਸਚਨਸ ਪੁੱਛੇ ਜਾਂਦੇ ਆ। ਏਨਸ਼ੀਅੰਟ ਦੇ ਵਿੱਚ ਅਗਰ ਤੁਸੀਂ ਦੇਖੋਗੇ 2015 ਦੇ ਵਿੱਚ 1, 18 ਦੇ ਵਿੱਚ 4, ਐਂਡ 21 ਦੇ ਵਿੱਚ 6, ਮਤਲਬ ਏਨਸ਼ੀਅੰਟ ਹਿਸਟਰੀ ਇਜ਼ ਇੰਪੋਰਟੈਂਟ। 6 ਕੁਐਸਚਨ 2021 ਦੇ ਵਿੱਚ ਪੁੱਛੇ ਗਏ ਹੈ, ਰਾਈਟ। ਦੈਨ ਮਿਡੇਵਲ ਨੂੰ ਅਗਰ ਤੁਸੀਂ ਦੇਖੋਗੇ 3 ਕੁਐਸਚਨ 2015 ਦੇ ਵਿੱਚ, 4 ਕੁਐਸਚਨ 2018 ਦੇ ਵਿੱਚ, ਐਂਡ 3 ਕੁਐਸਚਨ ਹੀ 2021 ਦੇ ਵਿੱਚ। ਦੈਨ ਉਸ ਤੋਂ ਬਾਅਦ ਮਾਡਰਨ ਦੇ ਵਿੱਚ 8 ਕੁਐਸਚਨਸ 2015 ਦੇ ਵਿੱਚ, 4 ਕੁਐਸਚਨਸ 2018 ਦੇ ਵਿੱਚ, ਐਂਡ 2 ਕੁਐਸਚਨ 2021 ਦੇ ਵਿੱਚ, ਰਾਈਟ। ਦੈਨ ਉਸ ਤੋਂ ਬਾਅਦ ਪੰਜਾਬ ਹਿਸਟਰੀ, ਆਰਟ ਐਂਡ ਕਲਚਰ ਇੱਕ ਸਾਥ ਹੀ ਇੱਥੇ ਲਿਖਿਆ ਹੋਇਆ। ਸੋ 7 ਕੁਐਸਚਨ 2015 ਦੇ ਵਿੱਚ, 3 ਕੁਐਸਚਨ 2018 ਦੇ ਵਿੱਚ, ਐਂਡ 4 ਕੁਐਸਚਨ 2021 ਦੇ ਵਿੱਚ, ਮਤਲਬ ਇਹ ਵੀ ਇੰਪੋਰਟੈਂਟ ਆ। ਦੈਨ ਆਹ ਜ਼ਰਾ ਗੌਰ ਕਰੋ ਤੁਸੀਂ ਵਰਲਡ ਹਿਸਟਰੀ ਦੇ ਉੱਪਰ, ਵਰਲਡ ਹਿਸਟਰੀ ਦੇ ਵਿੱਚ 4 ਕੁਐਸਚਨ 2015 'ਚ, 8 ਕੁਐਸਚਨ ਪੁੱਛੇ ਗਏ 2018 ਦੇ ਵਿੱਚ, ਔਰ 2 ਕੁਐਸਚਨ ਪੁੱਛੇ ਗਏ 2021 ਦੇ ਵਿੱਚ। ਇਟ ਮੀਨਸ ਇਹ ਸਾਰੇ ਹੀ ਸੈਕਸ਼ਨਸ ਆਪਣੇ ਲਈ ਇੰਪੋਰਟੈਂਟ ਹੋਣ ਵਾਲੇ ਆ। ਹੁਣ ਆਪਾਂ ਚੱਲਦੇ ਹਾਂ ਵੀ ਕਿਹੜੇ ਕਿਹੜੇ ਇੰਪੋਰਟੈਂਟ ਟੋਪਿਕਸ ਆ ਜਿਹੜੇ ਤੁਸੀਂ ਜ਼ਰੂਰ ਕਵਰ ਕਰਨੇ ਆ, ਜਿਹਤੋਂ ਵਾਰ ਵਾਰ ਕੁਐਸਚਨ ਜਿਹੜੇ ਹੈਗੇ ਉਹ ਪੁੱਛੇ ਜਾ ਰਹੇ ਹੈ। ਨੰਬਰ 1, ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਹਰ ਵਾਰ ਕੁਐਸਚਨ ਆਉਂਦਾ ਗਾ, ਹਰ ਵਾਰ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਬੜਾ ਸਿੰਪਲ ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲੂਗਾ। ਕਿਸੇ ਨਾ ਕਿਸੇ ਲੋਕੇਸ਼ਨ ਦੇ ਬਾਰੇ ਪੁੱਛਿਆ ਜਾਂਦਾ ਜਾਂ ਫਿਰ ਉਹਨਾਂ ਦੇ ਕਲਚਰ ਦੇ ਬਾਰੇ ਪੁੱਛਿਆ ਜਾਂਦਾ। ਦੈਨ ਉਸ ਤੋਂ ਬਾਅਦ ਵੈਦਿਕ ਲਿਟਰੇਚਰ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ, ਕੁਝ ਕੀ ਟਰਮਸ ਦੇ ਉੱਪਰ, ਜਾਂ ਫਿਰ ਜੋ ਆਪਣੇ 4 ਵੇਦ ਹੈਗੇ ਆ ਉਹਨਾਂ ਵੇਦਾਂ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ। ਦੈਨ ਉਸ ਤੋਂ ਬਾਅਦ ਬੁੱਧਿਜ਼ਮ, ਜੈਨਿਜ਼ਮ ਦੀ ਬੇਸਿਕ ਆਈਡੀਓਲੋਜੀ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ। ਦੈਨ ਅਸ਼ੋਕਾ, ਅਸ਼ੋਕਨ ਐਮਪਾਇਰ ਦੇ ਬਾਰੇ, ਮੌਰੀਅਨ ਐਮਪਾਇਰ ਦੇ ਬਾਰੇ ਕੁਐਸਚਨ ਪੁੱਛਿਆ ਜਾਂਦਾ। ਫਿਰ ਮੁਗਲਸ ਤਾਂ ਇਹਨਾਂ ਦੇ ਫੇਵਰੇਟ ਨੇ, ਭਗਤੀ ਮੂਵਮੈਂਟ ਇਹਨਾਂ ਦੀ ਫੇਵਰੇਟ ਆ, ਭਗਤੀ ਮੂਵਮੈਂਟ ਤੋਂ ਹਮੇਸ਼ਾ ਕੁਐਸਚਨ ਆਉਂਦਾ, ਹਮੇਸ਼ਾ, ਕਿਉਂਕਿ ਜਦੋਂ ਆਪਾਂ ਗੁਰੂ ਨਾਨਕ ਦੇਵ ਦੀ ਗੱਲ ਕਰਦੇ ਹਾਂ। ਸੋ ਗੁਰੂ ਨਾਨਕ ਦੇਵ ਇਜ਼ ਵਨ ਅਮੰਗ ਦਾ ਸੈਂਟਸ ਆਫ ਭਗਤੀ ਮੂਵਮੈਂਟ, ਸੋ ਉਸ ਵਜ੍ਹਾ ਕਰਕੇ ਇੱਥੇ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ। ਦੈਨ ਇਸ ਤੋਂ ਇਲਾਵਾ ਗਾਂਧੀ ਦੀਆਂ ਮੂਵਮੈਂਟ ਬਹੁਤ ਇੰਪੋਰਟੈਂਟ ਆ, ਰਾਈਟ। ਚਾਹੇ ਆਪਾਂ ਨੋਨ ਕੋਆਪਰੇਸ਼ਨ ਦੀ ਗੱਲ ਕਰੀਏ, ਸਿਵਲ ਡਿਸਓਬੀਡੈਂਸ ਦੀ ਗੱਲ ਕਰੀਏ, ਰਾਈਟ, ਕੁਇਟ ਇੰਡੀਆ ਮੂਵਮੈਂਟ ਦੀ ਗੱਲ ਕਰੀਏ, ਬਹੁਤ ਇੰਪੋਰਟੈਂਟ ਆ। ਇਸ ਤੋਂ ਇਲਾਵਾ ਫਰੀਡਮ ਸਟਰਗਲ ਦੇ ਜਿਹੜੇ ਇਵੈਂਟ ਆ, ਮਤਲਬ ਸਵਦੇਸ਼ੀ ਮੂਵਮੈਂਟ 1905 ਤੋਂ ਲੈ ਕੇ ਇੰਡੀਪੈਂਡੈਂਸ, ਮਤਲਬ 1947 ਤੱਕ ਦੀ ਜਿਹੜੀ ਮੂਵਮੈਂਟਸ ਆ, ਬਹੁਤ ਇੰਪੋਰਟੈਂਟ ਆਪਾਂ ਕਹਿ ਸਕਦੇ ਹਾਂ। ਦੈਨ ਉਸ ਤੋਂ ਬਾਅਦ ਪੰਜਾਬ ਦੀ ਅਗਰ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਆਪਣੇ ਕੋਲ ਜਿਹੜੇ 10 ਗੁਰੂ ਨੇ, 10 ਗੁਰੂਆਂ ਦੀ ਹਿਸਟਰੀ ਇਜ਼ ਇੰਪੋਰਟੈਂਟ। ਉਸ ਤੋਂ ਬਾਅਦ ਖਾਲਸਾ ਐਮਪਾਇਰ,
ਮਤਲਬ ਮੈਂ ਮਿਸਲਸ ਦੀ ਗੱਲ ਵੀ ਕਰ ਰਿਹਾ ਰਾਈਟ, ਦੈਨ ਇਸ ਤੋਂ ਬਾਅਦ ਆਪਣੇ ਕੋਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ, ਮਹਾਰਾਜਾ ਰਣਜੀਤ ਸਿੰਘ ਦੇ ਐਮਪਾਇਰ ਦੇ ਬਾਰੇ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਰਾਈਟ, ਸ਼ੁਕਰ ਚੱਕੀਆ ਮਿਸਲ ਨੂੰ ਜੈਸੇ ਉਹ ਬਿਲੋਂਗ ਕਰਦੇ ਸੀ ਆਪਾਂ ਨੂੰ ਪਤਾ ਗਾ, ਉਸ ਤਰੀਕੇ ਦੇ ਨਾਲ ਮਿਸਲਸ ਦੇ ਉੱਪਰ ਵੀ ਕੁਐਸਚਨ ਆਉਂਦੇ ਆ। ਅੱਛਾ ਕਿਹੜੀ ਮਿਸਲ ਦਾ ਹੈੱਡ ਕੌਣ ਸੀ, ਇਹ ਕੁਐਸਚਨ ਵੀ ਪੁੱਛਿਆ ਗਿਆ ਇੱਕ ਵਾਰੀ। ਦੈਨ ਉਸ ਤੋਂ ਬਾਅਦ ਲਿਟਰੇਚਰ ਆਫ ਪੰਜਾਬ ਦੇ ਉੱਪਰ, ਮਤਲਬ ਮਾਡਰਨ ਲਿਟਰੇਚਰ ਐਂਡ ਮਿਡੇਵਲ ਲਿਟਰੇਚਰ ਬੋਥ, ਦੋਨਾਂ ਦੇ ਉੱਪਰ ਹੀ ਕੁਐਸਚਨ ਪੁੱਛਿਆ ਜਾਂਦਾ। ਦੈਨ ਉਸ ਤੋਂ ਬਾਅਦ ਅਗਰ ਆਪਾਂ ਵਰਲਡ ਹਿਸਟਰੀ ਦੀ ਗੱਲ ਕਰੀਏ ਤਾਂ ਬੜਾ ਸਿੰਪਲ ਆ, ਦੋ ਵਰਲਡ ਵਾਰਸ ਨੇ ਆਪਣੇ ਕੋਲ, ਇੱਕ ਤਾਂ ਇਹ ਜ਼ਰੂਰ ਅੱਛੀ ਤਰ੍ਹਾਂ ਪੜ੍ਹ ਲੈਣੀ ਹੈ, ਜਿੰਨੇ ਵੀ ਇਵੈਂਟ ਵਰਲਡ ਵਾਰ ਦੇ ਹੈਗੇ ਇਵੈਂਟਸ ਦੇ ਉੱਪਰ ਕੁਐਸਚਨ ਆਉਂਦਾ ਗਾ, ਔਰ ਰੈਵੋਲੂਸ਼ਨ, ਰੈਵੋਲੂਸ਼ਨ ਦੇ ਵਿੱਚ ਇੱਕ ਤਾਂ ਇਵੈਂਟਸ, ਰੈਵੋਲੂਸ਼ਨ ਕਿਹੜੇ ਕਿਹੜੇ, ਇੱਕ ਤਾਂ ਅਮੈਰੀਕਨ ਰੈਵੋਲੂਸ਼ਨ, ਇੱਕ ਫਰੈਂਚ ਰੈਵੋਲੂਸ਼ਨ, ਇੱਕ ਰਸ਼ੀਅਨ ਰੈਵੋਲੂਸ਼ਨ, ਇਹ ਤਿੰਨ ਰੈਵੋਲੂਸ਼ਨਸ ਨੇ ਆਪਣੇ ਵਰਲਡ ਹਿਸਟਰੀ ਦੇ ਜਿਹੜੇ ਤੁਸੀਂ ਪੜ੍ਹਨੇ ਆ। ਅਮੈਰੀਕਨ ਰੈਵੋਲੂਸ਼ਨ, ਫਰੈਂਚ ਐਂਡ ਰਸ਼ੀਅਨ ਰੈਵੋਲੂਸ਼ਨ, ਇਹਨਾਂ ਤਿੰਨੋਂ ਰੈਵੋਲੂਸ਼ਨ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ। ਕੁਐਸਚਨ ਕਿਸ ਤਰੀਕੇ ਦਾ ਹੁੰਦਾ, ਜਾਂ ਤਾਂ ਇਵੈਂਟ ਦੇ ਉੱਪਰ ਕੁਐਸਚਨ ਹੋਊਗਾ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਉਸ ਟਾਈਮ 'ਤੇ ਕੋਈ ਇੰਪੋਰਟੈਂਟ ਥਿੰਕਰ ਆ ਜਾਂ ਸਕਾਲਰ ਆ ਜਿਹੜਾ ਉਸ ਟਾਈਮ 'ਤੇ ਆਪਦੀ ਕੋਈ ਆਈਡੀਓਲੋਜੀ ਦੇ ਰਿਹਾ, ਉਸ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ। ਸੋ ਦੈਟ ਇਜ਼ ਆਲਸੋ ਇੰਪੋਰਟੈਂਟ। ਉਸ ਤੋਂ ਬਾਅਦ ਆਪਣੇ ਕੋਲ ਸੈਕਿੰਡ ਜਿਹੜਾ ਟੋਪਿਕ ਹੈ, ਦੈਟ ਇਜ਼ ਜੌਗਰਫੀ। ਅਬ ਜੌਗਰਫੀ ਦੀ ਵੀ ਅਗਰ ਆਪਾਂ ਗੱਲ ਕਰੀਏ, ਜੌਗਰਫੀ ਦੇ ਵਿੱਚ ਵਰਲਡ ਜੌਗਰਫੀ ਤੋਂ ਵੀ ਕੁਐਸਚਨਸ ਆਉਂਦੇ ਆ, ਇੰਡੀਅਨ ਜੌਗਰਫੀ, ਫਿਜ਼ੀਕਲ ਜੌਗਰਫੀ ਐਂਡ ਪੰਜਾਬ ਜੌਗਰਫੀ। ਸੋ ਆਪਣੇ ਕੋਲ ਚਾਰ ਸਭ ਸੈਕਸ਼ਨਸ ਹੋ ਜਾਂਦੇ ਜੌਗਰਫੀ ਦੇ। ਵਰਲਡ ਜੌਗਰਫੀ ਦੇ ਵਿੱਚ ਪਹਿਲਾਂ ਦੇਖੋ ਕੁਐਸਚਨ ਨਹੀਂ ਪੁੱਛੇ ਜਾ ਰਹੇ ਸੀ, ਬਟ 2021 ਦੇ ਵਿੱਚ ਕੁਛ ਇੰਪੋਰਟੈਂਟ ਲੋਕੇਸ਼ਨਸ ਦੇ ਉੱਪਰ ਕੁਐਸਚਨ ਪੁੱਛਿਆ ਗਿਆ, ਵਰਲਡ ਮਿਨਰਲ ਰਿਜ਼ਰਵਸ ਦੇ ਉੱਪਰ ਕੁਐਸਚਨ ਪੁੱਛਿਆ ਗਿਆ। ਦੈਨ ਉਸ ਤੋਂ ਬਾਅਦ ਇੰਡੀਅਨ ਜੌਗਰਫੀ ਦੇ ਉੱਪਰ ਹਮੇਸ਼ਾ ਕੁਐਸਚਨ ਆਉਂਦਾ, ਜਿਹਦੇ ਵਿੱਚ ਰਿਵਰਸ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ, ਮਾਊਂਟੇਨਸ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ, ਦੈਨ ਉਸ ਤੋਂ ਬਾਅਦ ਨੈਸ਼ਨਲ ਪਾਰਕਸ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ। ਸੋ ਇਟ ਇਜ਼ ਇੰਪੋਰਟੈਂਟ। ਦੈਨ ਫਿਜ਼ੀਕਲ ਜੌਗਰਫੀ ਦੇ ਵਿੱਚ ਅਰਥ ਦੇ ਬਾਰੇ, ਲੈਟੀਟਿਊਡ, ਲੌਂਜੀਟਿਊਡ, ਸਿੰਪਲ ਸਿੰਪਲ ਟੋਪਿਕਸ ਆਪਾਂ ਕਹਿ ਸਕਦੇ ਹਾਂ, ਉਸ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ। ਐਟਮੋਸਫੀਅਰ ਹੋ ਗਿਆ, ਦੈਨ ਕਲਾਈਮੇਟ ਹੋ ਗਿਆ ਰਾਈਟ, ਦੈਨ ਐਗਰੋ ਕਲਾਈਮੈਟਿਕ ਜ਼ੋਨਸ, ਦੈਟ ਇਜ਼ ਮੋਰ ਇੰਪੋਰਟੈਂਟ। ਪੰਜਾਬ ਦੇ ਵਿੱਚ ਐਗਰੋ ਕਲਾਈਮੈਟਿਕ ਜ਼ੋਨਸ ਦੇ ਉੱਪਰ ਥੋੜ੍ਹੇ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਆ, ਕਿਸ ਤਰੀਕੇ ਦੇ ਕੰਡੀਸ਼ਨਸ ਦੇ ਵਿੱਚ ਕਿਹੜੀ ਕਰੋਪ ਹੁੰਦੀ ਹੈ, ਆਪਾਂ ਨੂੰ ਥੋੜ੍ਹਾ ਪਤਾ ਹੋਣਾ ਚਾਹੀਦਾ, ਉਹ ਥੋੜ੍ਹਾ ਐਗਰੋ ਕਲਾਈਮੈਟਿਕ ਜ਼ੋਨਸ ਦੇ ਵਿੱਚ ਕਵਰ ਹੋ ਜੂਗਾ। ਦੈਨ ਪੰਜਾਬ ਜੌਗਰਫੀ ਦੀ ਜਦੋਂ ਆਪਾਂ ਗੱਲ ਕਰੀਏ, ਦੋ ਹੀ ਮੇਜਰ ਟੋਪਿਕਸ ਨੇ ਇਹਦੇ ਵਿੱਚ, ਇੱਕ ਤਾਂ ਹਿਊਮਨ ਜੌਗਰਫੀ ਜਿਹਦੇ ਵਿੱਚ ਖਾਸ ਤੌਰ 'ਤੇ ਆਪਾਂ ਸੈਂਸਿਸ ਨੂੰ ਕਵਰ ਕਰਾਂਗੇ, ਪੰਜਾਬ ਦੇ ਸੈਂਸਿਸ 2011, ਉਸ ਤੋਂ ਬਾਅਦ ਤਾਂ ਸੈਂਸਿਸ ਹੋਇਆ ਨਹੀਂ, ਸੋ ਪੰਜਾਬ ਦੇ ਸੈਂਸਿਸ 2011। ਦੂਸਰਾ ਟੋਪਿਕ ਆ ਪੰਜਾਬ ਦਾ ਮੈਪ, ਪੰਜਾਬ ਦੇ ਮੈਪ ਦੇ ਅਕੋਰਡਿੰਗ ਕਿਹੜੀ ਡਿਸਟ੍ਰਿਕਟ ਕਿੱਥੇ ਲੋਕੇਟਡ ਹੈ, ਈਸਟ ਟੂ ਵੈਸਟ, ਨੌਰਥ ਟੂ ਸਾਊਥ, ਰਿਵਰਸ ਕਿੱਥੇ ਲੋਕੇਟਡ ਨੇ, ਕਿਹੜੀਆਂ ਕਿਹੜੀਆਂ ਡਿਸਟ੍ਰਿਕਟਸ ਦੇ ਵਿੱਚੋਂ ਪਾਸ ਕਰਦੀ ਹਾਂ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ, ਉਸ ਦੇ ਉੱਪਰ ਕੁਐਸਚਨ ਪੁੱਛੇ ਗਏ ਔਰ ਅੱਗੇ ਵੀ ਪੁੱਛੇ ਜਾਣਗੇ। ਸੋ ਇਹੀ ਆਪਣੇ ਕੋਲ ਇੰਪੋਰਟੈਂਟ ਟੋਪਿਕਸ ਹੋ ਜਾਂਦੇ ਆ ਰਾਈਟ। ਯੂ ਕੈਨ ਰਾਈਟ ਇਟ ਡਾਊਨ, ਅਰਥ, ਦੈਨ ਲਿਥੋਸਫੀਅਰ, ਐਟਮੋਸਫੀਅਰ, ਰੌਕਸ ਦੇ ਉੱਪਰ ਕਈ ਵਾਰ ਕੁਐਸਚਨ ਪੁੱਛਿਆ ਗਿਆ, ਦੈਨ ਇੰਡੀਅਨ ਰਿਵਰਸ ਦੇ ਉੱਪਰ, ਡੈਮ ਪ੍ਰੋਜੈਕਟਸ ਦੇ ਉੱਪਰ, ਖਾਸ ਤੌਰ 'ਤੇ ਉਹ ਨਦੀਆਂ ਜਿਹੜੀਆਂ ਪੰਜਾਬ ਦੇ ਵਿੱਚੋਂ ਆਪਾਂ ਨੂੰ ਜਾਂਦੀਆਂ ਦੇਖਣ ਨੂੰ ਮਿਲਣਗੀਆਂ, ਜਿਵੇਂ ਰਾਵੀ ਹੋ ਗਿਆ, ਬਿਆਸ ਹੋ ਗਿਆ, ਸਤਲੁਜ ਹੋ ਗਿਆ, ਪੱਕਾ ਪੁੱਛਿਆ ਜਾਂਦਾ ਕੁਐਸਚਨ। ਇਸ ਤੋਂ ਇਲਾਵਾ ਵੀ ਕੋਈ ਰੀਸੈਂਟ ਤੁਹਾਨੂੰ ਨਿਊਜ਼ ਦੇ ਵਿੱਚ ਡੈਮ ਪ੍ਰੋਜੈਕਟ ਦੇਖਣ ਨੂੰ ਮਿਲ ਰਿਹਾ ਉਹਦੇ ਬਾਰੇ, ਜਾਂ ਫਿਰ ਰਿਵਰ ਇੰਟਰਲਿੰਕਿੰਗ ਪ੍ਰੋਜੈਕਟ ਦੇਖਣ ਨੂੰ ਮਿਲ ਰਿਹਾ ਉਹਦੇ ਬਾਰੇ ਕੁਐਸਚਨ ਪੱਕਾ ਪੁੱਛਿਆ ਜਾਂਦਾ। ਨੈਸ਼ਨਲ ਪਾਰਕ ਦੇ ਉੱਪਰ ਹਮੇਸ਼ਾ ਕੁਐਸਚਨ ਆਇਆ, ਤਿੰਨੇ ਪੇਪਰਸ ਦੇ ਵਿੱਚ ਨੈਸ਼ਨਲ ਪਾਰਕ ਦੇ ਉੱਪਰ ਕੁਐਸਚਨ ਪੁੱਛਿਆ ਹੋਇਆ, ਜਾਂ ਫਿਰ ਵਾਈਲਡ ਲਾਈਫ ਸੈਂਚੁਰੀ ਦੇ ਉੱਪਰ ਪੁੱਛਿਆ ਹੋਇਆ, ਬੋਥ ਪੰਜਾਬ ਐਂਡ ਇੰਡੀਆ ਦੋਨਾਂ 'ਤੇ ਫੋਕਸ ਕੀਤਾ ਜਾਂਦਾ। ਉਸ ਤੋਂ ਬਾਅਦ ਮਾਊਂਟੇਨ ਰੇਂਜਿਸ ਦੇ ਉੱਪਰ ਵੀ ਕੁਐਸਚਨ ਆਉਂਦਾ, ਬੜਾ ਬੇਸਿਕ ਬੇਸਿਕ, ਵਿੰਧਿਆਸ ਮਾਊਂਟੇਨ ਰੇਂਜ ਹੋ ਗਿਆ, ਸਤਪੁਰਾ ਮਾਊਂਟੇਨ ਰੇਂਜ ਹੋ ਗਿਆ, ਬੜੇ ਸਿੰਪਲ ਕੁਐਸਚਨ ਪੁੱਛੇ ਗਏ। ਦੈਨ ਪੰਜਾਬ ਦੇ ਸੈਂਸਿਸ ਐਂਡ ਪੰਜਾਬ ਦੀ ਜੀਓਗ੍ਰਾਫਿਕਲ ਲੋਕੇਸ਼ਨਸ ਐਂਡ ਪੰਜਾਬ ਦਾ ਮੈਪ, ਦਿਸ ਇਜ਼ ਮੋਸਟ ਇੰਪੋਰਟੈਂਟ। ਉਸ ਤੋਂ ਬਾਅਦ ਆਪਣੇ ਕੋਲ ਹੈ ਇੰਡੀਅਨ ਪੋਲਿਟੀ ਐਂਡ ਵੈਸਟਰਨ ਥਿੰਕਰਸ, ਇਹ ਕਾਫੀ ਇੰਪੋਰਟੈਂਟ ਆਪਣੇ ਲਈ ਹੋਣ ਵਾਲਾ, ਕਿਉਂਕਿ ਇੰਡੀਅਨ ਪੋਲਿਟੀ ਦੇ ਉੱਪਰ ਠੀਕ ਠਾਕ ਕੁਐਸਚਨਸ ਆਉਂਦੇ ਅਗਰ ਤੁਸੀਂ ਇੱਥੇ ਦੇਖੋਗੇ।
11 ਕੁਐਸਚਨ 2015 ਦੇ ਵਿੱਚ, 9 ਕੁਐਸਚਨ 2018 ਦੇ ਵਿੱਚ, ਐਂਡ 7 ਕੁਐਸਚਨ 2021 ਦੇ ਵਿੱਚ। ਵੈਸਟਰਨ ਪੋਲੀਟੀਕਲ ਥਿੰਕਰਸ ਇਹਦੇ ਉੱਪਰ ਕੁਐਸਚਨ ਪੁੱਛੇ ਜਾਂਦੇ। ਧਿਆਨ ਨਾਲ ਦੇਖੋ, 7 ਕੁਐਸਚਨ ਪੁੱਛੇ ਗਏ 2015 ਦੇ ਵਿੱਚ। ਹੁਣ ਦੇਖੋ, ਇਹ ਐਸਾ ਟੋਪਿਕ ਆ ਜਿਹਦੇ ਲਈ ਤੁਹਾਨੂੰ ਸਪੈਸ਼ਲ ਜਾਂ ਤਾਂ ਪੜ੍ਹਨਾ ਪਊਗਾ, ਜਾਂ ਫਿਰ ਆਪਾਂ ਇਹ ਕਹਿ ਸਕਦੇ ਵੀ ਅਗਰ ਕਿਸੇ ਸਟੂਡੈਂਟ ਦੇ ਕੋਲ ਸੋਸ਼ੋਲੋਜੀ ਸਬਜੈਕਟ ਰਿਹਾ ਗ੍ਰੈਜੂਏਸ਼ਨ ਦੇ ਵਿੱਚ, ਜਾਂ ਫਿਰ ਮੋਸਟ ਇੰਪੋਰਟੈਂਟ ਪੋਲੀਟੀਕਲ ਸਾਇੰਸ ਸਬਜੈਕਟ ਰਿਹਾ, ਉਹਨਾਂ ਲਈ ਥੋੜ੍ਹਾ ਜਿਹਾ ਈਜ਼ੀ ਹੋ ਜੂਗਾ। ਅਦਰਵਾਈਜ਼ ਤੁਸੀਂ ਖੁਦ ਸੋਚ ਕੇ ਦੇਖੋ ਕਿ ਕਿੰਨੇ ਕੁ ਟੋਪਿਕਸ ਦੇ ਉੱਪਰ ਕਿੰਨੇ ਕੁ ਸਕੋਲਰਸ ਦੇ ਤੁਸੀਂ ਕੋਟੇਸ਼ਨਸ ਨੂੰ ਇੱਥੇ ਯਾਦ ਕਰੋਗੇ। ਬਟ ਹਾਂ, ਸਟਿਲ ਕੁਛ ਇੰਪੋਰਟੈਂਟ ਟੋਪਿਕਸ ਆ ਜਿਹਦੇ ਕੋਟੇਸ਼ਨਸ ਤੁਸੀਂ ਕੋਸ਼ਿਸ਼ ਕਰ ਸਕਦੇ ਹੋ, ਇੱਕ ਨੋਟਸ ਬਣਾ ਸਕਦੇ ਹੋ। ਅਗਰ ਬਾਈ ਚਾਂਸ ਉਹਦੇ ਵਿੱਚ ਰੋ ਆ ਜਾਂਦਾ ਤਾਂ ਫਿਰ ਤੁਹਾਡੇ ਲਈ ਬਹੁਤ ਵਧੀਆ ਹੋ ਜਾਊਗਾ, ਰਾਈਟ। ਸੋ ਥਿੰਕਰਸ ਦੇ ਉੱਪਰ 7 ਕੁਐਸਚਨ 2015, 4 ਕੁਐਸਚਨ 2018, ਬਟ 2021 ਦੇ ਵਿੱਚ ਥਿੰਕਰਸ ਤੋਂ ਕੋਈ ਕੁਐਸਚਨ ਨਹੀਂ ਪੁੱਛਿਆ ਗਿਆ, ਕਿਉਂਕਿ 2021 ਦੇ ਵਿੱਚ ਖਾਸ ਤੌਰ 'ਤੇ ਫੋਕਸ ਜਿਹੜਾ ਰਿਹਾ ਉਹ ਰਿਹਾ ਕਰੰਟ ਅਫੇਅਰਸ ਦੇ ਉੱਪਰ। ਹੋ ਸਕਦਾ ਇਸ ਵਾਰ ਵੀ ਥਿੰਕਰਸ ਤੋਂ ਕੁਐਸਚਨ ਨਾ ਆਵੇ, ਬਟ ਪਹਿਲਾਂ ਪੁੱਛੇ ਗਏ ਆ, ਸੋ ਆਪਾਂ ਇਹਨੂੰ ਸਕਿੱਪ ਨਹੀਂ ਕਰ ਸਕਦੇ। ਔਰ ਇਹ ਚੀਜ਼ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤੀ ਗਈ ਹੈ, ਇਸ ਲਈ ਵੀ ਕੁਐਸਚਨ ਇੱਥੇ ਪੁੱਛੇ ਜਾ ਰਹੇ ਹੈ, ਰਾਈਟ। ਸੋ ਮੇਕਿੰਗ ਆਫ ਇੰਡੀਅਨ ਕੋਨਸਟੀਟਿਊਸ਼ਨ, ਕੋਨਸਟੀਟਿਊਸ਼ਨ ਜਦੋਂ ਬਣ ਰਿਹਾ ਸੀ, ਕੋਨਸਟੀਚੁਐਂਟ ਅਸੈਂਬਲੀ ਦੇ ਬਾਰੇ, ਕੋਨਸਟੀਚੁਐਂਟ ਅਸੈਂਬਲੀ ਦੀ ਡਿਫਰੈਂਟ ਕਮੇਟੀਜ਼ ਦੇ ਬਾਰੇ, ਉਹਨਾਂ ਦੇ ਚੇਅਰਮੈਨਸ ਦੇ ਬਾਰੇ ਕੁਐਸਚਨ ਪੁੱਛਿਆ ਗਿਆ। ਦੈਨ ਯੂਨੀਅਨ ਐਂਡ ਸਟੇਟ ਗਵਰਨਮੈਂਟ ਜ਼ਰੂਰ ਪੜ੍ਹਨਾ, ਪਾਰਟ 5, ਪਾਰਟ 6 ਆਫ ਇੰਡੀਅਨ ਕੋਨਸਟੀਟਿਊਸ਼ਨ ਪੂਰੇ ਦਾ ਪੂਰਾ ਇੰਪੋਰਟੈਂਟ ਹੈ, ਜਿਹਦੇ ਵਿੱਚ ਸੁਪਰੀਮ ਕੋਰਟ, ਹਾਈ ਕੋਰਟ ਵੀ ਕਵਰ ਹੋ ਜੂਗਾ। ਦੈਨ ਪੰਚਾਇਤ, ਮੋਸਟ ਇੰਪੋਰਟੈਂਟ ਟੋਪਿਕ ਫੋਰ ਪੰਜਾਬ ਐਗਜ਼ਾਮਸ। ਦੈਨ ਉਸ ਤੋਂ ਬਾਅਦ ਅਮੈਂਡਮੈਂਟਸ, ਰੀਸੈਂਟ ਐਂਡ ਇਨ ਹਿਸਟਰੀ ਵੀ ਜਿਹੜੀਆਂ ਅਮੈਂਡਮੈਂਟਸ ਹੋਈਆਂ, ਆਪਾਂ ਬੋਲ ਸਕਦੇ ਹਾਂ ਵੀ 1950 ਤੋਂ ਬਾਅਦ ਜਿਹੜੀਆਂ ਅਮੈਂਡਮੈਂਟਸ ਹੋਈਆਂ, ਸੋ ਦੈਟ ਆਲ ਆਰ ਇੰਪੋਰਟੈਂਟ। ਖਾਸ ਤੌਰ 'ਤੇ ਜਿਵੇਂ ਫੋਰ ਐਗਜ਼ਾਮਪਲ 42nd ਅਮੈਂਡਮੈਂਟ ਦੀ ਆਪਾਂ ਗੱਲ ਕਰਦੇ ਹਾਂ, ਰਾਈਟ, ਜਾਂ ਫਿਰ 86th ਅਮੈਂਡਮੈਂਟ ਦੀ ਗੱਲ ਕੀਤੀ ਜਾਂਦੀ ਆ, ਜਾਂ ਫਿਰ ਰੀਸੈਂਟਲੀ ਆਪਣੇ ਕੋਲ 104th, 105th, 106th ਅਮੈਂਡਮੈਂਟ ਆ। ਸੋ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ, ਇਸ ਵਾਰ ਕੁਐਸਚਨ ਪੁੱਛਿਆ ਜਾ ਸਕਦਾ 106th ਜਾਂ 105th ਦੇ ਉੱਪਰ, ਸੋ ਮਸਟ ਰੀਡ ਅਬਾਊਟ ਇਟ। ਦੈਨ ਉਸ ਤੋਂ ਬਾਅਦ ਵੈਸਟਰਨ ਪੋਲੀਟੀਕਲ ਥਿੰਕਰਸ ਦੇ ਤੁਸੀਂ ਕੁਛ ਕੋਟਸ ਯਾਦ ਕਰ ਸਕਦੇ ਹੋ ਰਿਲੇਟਡ ਟੂ ਡੈਮੋਕ੍ਰੇਸੀ, ਸੈਕੂਲਰਿਜ਼ਮ ਐਂਡ ਪਾਰਲੀਮੈਂਟਰੀ ਸਿਸਟਮ। ਔਰ ਅਗਰ ਤੁਸੀਂ ਚਾਹੁੰਦੇ ਹੋ ਵੀ ਇਹ ਵਾਲਾ ਜਿਹੜਾ ਟੋਪਿਕ ਆ ਮੈਂ ਤੁਹਾਨੂੰ ਕਵਰ ਕਰਵਾਵਾਂ, ਦੈਨ ਡੂ ਕਮੈਂਟ ਇਨ ਦਾ ਕਮੈਂਟ ਸੈਕਸ਼ਨ। ਇੱਕ ਵਾਰ ਉੱਥੇ ਲਿਖ ਦੇਣਾ ਕਿ ਸਰ ਇਹ ਟੋਪਿਕ ਕਵਰ ਕਰਵਾ ਦਿਓ, ਦੈਨ ਆਈ ਵਿਲ ਮੇਕ ਦਾ ਵੀਡੀਓ, ਤਾਂ ਆਪਣੇ ਲਈ ਥੋੜ੍ਹਾ ਆਸਾਨ ਹੋ ਜਾਏਗਾ, ਮਤਲਬ ਥੋੜ੍ਹਾ ਈਜ਼ੀ ਹੋ ਜਾਣਾ ਆਪਣੇ ਵਾਸਤੇ, ਕਿਉਂਕਿ ਅਦਰਵਾਈਜ਼ ਤੁਸੀਂ ਕਿੰਨਾ ਕੁ ਉਸ ਚੀਜ਼ ਨੂੰ ਲੱਭਦੇ ਫਿਰੋਗੇ, ਕਿੱਧਰੋਂ ਕਿੱਧਰੋਂ ਕਿਹੜੇ ਕਿਹੜੇ ਕੋਟੇਸ਼ਨਸ। ਸੋ ਆਈ ਮੇਕ ਸ਼ੋਰ ਕਿ ਇੱਕ ਆਪਾਂ ਵੀਡੀਓਜ਼ ਦੇ ਉੱਪਰ ਬਣਾ ਦਈਏ ਅਗਰ ਤੁਸੀਂ ਚਾਹੁੰਦੇ ਹੋ ਤਾਂ। ਦੈਨ ਉਸ ਤੋਂ ਬਾਅਦ ਆਪਣੇ ਕੋਲ ਆ ਇੰਡੀਅਨ ਇਕੋਨਮੀ। ਇੰਡੀਅਨ ਇਕੋਨਮੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੰਡੀਅਨ ਇਕੋਨਮੀ ਦੇ ਉੱਪਰ ਠੀਕ ਠਾਕ ਕੁਐਸਚਨ ਪੁੱਛੇ ਜਾ ਰਹੇ ਆ, ਬਟ 2021 ਦੇ ਵਿੱਚ ਤਾਂ ਮਤਲਬ ਓਵਰਲੋਡਡ ਹੀ ਹੋ ਚੁੱਕਿਆ ਗਾ। ਪੰਜਾਬ ਦੀ ਇਕੋਨਮੀ ਇਨ ਦਾ ਸੈਂਸ, ਪੰਜਾਬ ਦੀ ਰੀਸੈਂਟ ਜੋ ਸਕੀਮਸ ਆਉਂਦੀਆਂ ਉਹਦੇ ਉੱਪਰ ਕਦੇ ਕੁਐਸਚਨ ਨਹੀਂ ਪੁੱਛਿਆ ਗਿਆ ਸੀ, ਲੇਕਿਨ 2021 ਦੇ ਵਿੱਚ ਕੁਐਸਚਨ ਪੁੱਛੇ ਗਏ, ਔਰ ਉਹ ਵੀ ਦੋ, ਪੰਜਾਬ ਗਵਰਨਮੈਂਟ ਦੀ ਸਕੀਮਸ ਐਂਡ ਪੰਜਾਬ ਗਵਰਨਮੈਂਟ ਦੇ ਐਗਰੀਮੈਂਟ ਦੇ ਉੱਪਰ। ਸੋ ਹੁਣ ਤੋਂ ਇਹ ਇੰਪੋਰਟੈਂਟ ਹੋ ਜਾਊਗਾ, ਸੋ ਇਹ ਆਪਾਂ ਜ਼ਰੂਰ ਪੜ੍ਹਨਾ ਗਾ, ਪੰਜਾਬ ਗਵਰਨਮੈਂਟ ਦੀ ਸਕੀਮਸ। ਇਸ ਤੋਂ ਇਲਾਵਾ ਇੰਡੀਅਨ ਜਦੋਂ ਆਪਾਂ ਇਕੋਨਮੀ ਦੀ ਗੱਲ ਕਰਦੇ ਹਾਂ, ਸੋ ਇੰਡੀਅਨ ਇਕੋਨਮੀ ਦੇ ਵਿੱਚ ਕੁਝ ਗਿਣੇ ਚੁਣੇ ਟੋਪਿਕਸ ਨੇ, ਲਾਈਕ ਇੰਡੀਅਨ ਬੈਂਕਿੰਗ ਸਿਸਟਮ, ਮੋਨੀਟਰੀ ਪਾਲਿਸੀ, ਫਿਸਕਲ ਪਾਲਿਸੀ ਐਂਡ ਗਵਰਨਮੈਂਟ ਕੀ ਸਕੀਮ ਐਂਡ ਗਵਰਨਮੈਂਟ ਦੇ ਇਨੀਸ਼ੀਏਟਿਵਸ। ਸੋ ਇਹਦੇ ਉੱਪਰ ਥੋੜ੍ਹਾ ਜਿਹਾ ਫੋਕਸ ਕਰਨਾ, ਇਟ ਇਜ਼ ਇੰਪੋਰਟੈਂਟ। ਔਰ 2021 ਦੇ ਵਿੱਚ ਅਗਰ ਤੁਸੀਂ ਦੇਖੋਗੇ ਟੋਟਲ 18 ਕੁਐਸਚਨ ਜਿਹੜੇ ਹੈਗੇ ਆ ਉਹ ਪੁੱਛੇ ਗਏ ਆ, ਸੋ ਇਟ ਮੀਨਸ ਇੰਡੀਅਨ ਇਕੋਨਮੀ ਇੰਪੋਰਟੈਂਟ ਆ। ਇਸ ਵਾਰ ਇਸ ਤੋਂ ਹੋ ਸਕਦਾ ਇਸ ਦੇ ਆਸ ਪਾਸ 10-15 ਕੁਛ ਕੁਐਸਚਨ ਪੁੱਛੇ ਜਾਣ। ਨੈਕਸਟ ਆਪਣੇ ਕੋਲ ਟੋਪਿਕ ਹੈਗਾ ਸਾਇੰਸ ਐਂਡ ਟੈਕਨੋਲੋਜੀ। ਸਾਇੰਸ ਐਂਡ ਟੈਕਨੋਲੋਜੀ ਬਹੁਤ ਇੰਪੋਰਟੈਂਟ ਆ। ਰੀਸੈਂਟ ਜਿਹੜਾ ਪੇਪਰ ਹੋਇਆ 2021 ਦੇ ਵਿੱਚ, ਉਹਦੇ ਵਿੱਚ ਜ਼ਿਆਦਾ ਫੋਕਸ ਸੀ ਕਰੰਟ ਓਰੀਐਂਟਡ,
ਕੁਐਸਚਨਸ ਦੇ ਉੱਪਰ। ਔਰ ਅਗਰ ਆਪਾਂ 2015 ਐਂਡ 18 ਦੀ ਗੱਲ ਕਰਦੇ ਹਾਂ, ਉੱਥੇ ਜ਼ਿਆਦਾਤਰ ਕੁਐਸਚਨ ਜਿਹੜੇ ਹੈਗੇ NCERT ਬੇਸਡ ਪੁੱਛੇ ਗਏ ਆ, ਮਤਲਬ ਜਰਨਲ ਸਾਇੰਸ ਦੇ ਕੁਐਸਚਨਸ ਪੁੱਛੇ ਗਏ ਆ। ਜਿਵੇਂ ਫੋਰ ਐਗਜ਼ਾਮਪਲ 2015 ਦੇ ਵਿੱਚ 12 ਕੁਐਸਚਨ ਪੁੱਛੇ ਗਏ, ਦੈਨ 2018 ਦੇ ਵਿੱਚ 16 ਕੁਐਸਚਨ ਪੁੱਛੇ ਗਏ ਆ, ਦੈਨ 2021 ਦੇ ਵਿੱਚ 4 ਕੁਐਸਚਨ, ਔਰ ਇਹ ਚਾਰੋਂ ਦੇ ਚਾਰੋਂ ਕੁਐਸਚਨ ਕਰੰਟ ਓਰੀਐਂਟਡ ਸੀ। ਬਟ ਅਗਰ ਤੁਸੀਂ ਇਹ 12 ਅਤੇ 16 ਕੁਐਸਚਨ ਨੂੰ ਦੇਖੋਗੇ, ਅਗਰ ਇਸ ਵਾਰ ਵੀ ਇਸ ਤਰੀਕੇ ਦੇ ਕੁਐਸਚਨ ਪੁੱਛੇ ਗਏ, ਸੋ ਸਾਇੰਸ ਐਂਡ ਟੈਕਨੋਲੋਜੀ ਕਾਫੀ ਇੰਪੋਰਟੈਂਟ ਹੋ ਜੂਗਾ। ਇਹਦੇ ਲਈ ਤੁਸੀਂ NCERT ਪੜ੍ਹ ਸਕਦੇ ਹੋ 6 to 10, ਬਿਲਕੁਲ ਬੇਸਿਕ, ਔਰ ਖਾਸ ਤੌਰ 'ਤੇ ਫਿਜਿਕਸ ਐਂਡ ਬਾਇਓਲੋਜੀ, ਇਹਨਾਂ ਦੋ NCERTs ਨੂੰ ਥੋੜ੍ਹਾ ਜ਼ਿਆਦਾ ਫੋਕਸ ਕਰ ਲੈਣਾ, ਇਸ ਤੋਂ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਆ। ਹਾਲਾਂਕਿ ਕੈਮਿਸਟਰੀ ਦੇ ਕੁਐਸਚਨ ਵੀ ਆਉਂਦੇ ਆ, ਸੋ ਇੰਪੋਰਟੈਂਟ ਰਹਿੰਦਾ ਆਪਣੇ ਲਈ। ਦੈਨ ਰੀਸੈਂਟ ਟੈਕਨੋਲੋਜੀਜ਼ ਐਂਡ ਡਿਸਕਵਰੀਜ਼, ਇਹ ਤੁਹਾਨੂੰ ਕਰੰਟ ਅਫੇਅਰਸ ਦੇ ਵਿੱਚ ਮਿਲ ਜੂ। ਕਰੰਟ ਅਫੇਅਰਸ ਦੇ ਵਿੱਚ ਲਾਸਟ 1.5 to 2 years ਦੇ ਵਿੱਚ ਜਿਹੜੀਆਂ ਵੀ ਡਿਸਕਵਰੀਜ਼ ਹੋਈਆਂ ਗੀਆਂ, ਕੋਈ ਸਪੀਸੀਜ਼ ਲੱਭੀਆਂ ਗਈਆਂ ਗੀਆਂ, ਸੋ ਉਹਨਾਂ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ। ਦੈਨ ਇਸ ਤੋਂ ਇਲਾਵਾ ਸਰਕਾਰ ਦੇ ਇਨੀਸ਼ੀਏਟਿਵਸ ਐਂਡ ਸਕੀਮਸ ਰਿਲੇਟਡ ਟੂ ਸਾਇੰਸ ਐਂਡ ਟੈਕਨੋਲੋਜੀ, ਇਸ ਚੀਜ਼ ਦੇ ਉੱਪਰ ਤੁਸੀਂ ਫੋਕਸ ਕਰ ਸਕਦੇ ਹੋ। ਦੈਨ ਇੱਕ ਆਪਣੇ ਕੋਲ ਸਬਜੈਕਟ ਹੈ ਇਨਵਾਇਰਮੈਂਟ ਐਂਡ ਇਕੋਲੋਜੀ, ਦਿਸ ਇਜ਼ ਆਲਸੋ ਇੰਪੋਰਟੈਂਟ ਕਿਉਂਕਿ ਇਨਵਾਇਰਮੈਂਟ ਐਂਡ ਇਕੋਲੋਜੀ ਦੇ ਉੱਪਰ ਠੀਕ ਠਾਕ ਕੁਐਸਚਨ ਪੁੱਛੇ ਜਾ ਰਹੇ, ਜਿਵੇਂ ਕਿ 2015 ਦੇ ਵਿੱਚ 10 ਕੁਐਸਚਨ, 2018 ਦੇ ਵਿੱਚ 6 ਕੁਐਸਚਨ, 2021 ਦੇ ਵਿੱਚ ਵੀ 6 ਕੁਐਸਚਨ। ਹੁਣ ਇਹਦੇ ਵਿੱਚ ਕੁਝ ਇੰਪੋਰਟੈਂਟ ਟੋਪਿਕਸ ਹੁੰਦੇ ਨੇ, ਜਿਵੇਂ ਫੋਰ ਐਗਜ਼ਾਮਪਲ ਫੂਡ ਚੇਨਸ ਦੇ ਬਾਰੇ ਤੁਸੀਂ ਸਟੈਟਿਕ ਜੀ ਇਨਫੋਰਮੇਸ਼ਨ ਥੋੜ੍ਹੀ ਪੜ੍ਹ ਲੈਣੀ ਹੈ। ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਦੇ ਬਾਰੇ ਅਗਰ ਕੁਝ ਵੀ ਤੁਹਾਨੂੰ ਨਿਊਜ਼ ਦੇ ਵਿੱਚ ਮਿਲ ਰਿਹਾ ਉਸ ਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ। ਦੈਨ ਇਸ ਤੋਂ ਇਲਾਵਾ ਕਨਵੈਨਸ਼ਨਸ ਐਂਡ ਐਗਰੀਮੈਂਟਸ ਲਾਈਕ ਪੈਰਿਸ ਐਗਰੀਮੈਂਟ, ਹੈ ਨਾ, ਦੈਟ ਕਾਇੰਡ ਆਫ ਕਨਵੈਨਸ਼ਨਸ, ਵਾਈਲਡਲਾਈਫ ਐਕਟ, ਇਹਨਾਂ ਬੇਸਿਕ ਚੀਜ਼ਾਂ ਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ। ਦੈਨ ਉਸ ਤੋਂ ਇਲਾਵਾ COPs, ਰੀਸੈਂਟ ਜਿਹੜੇ COPs ਹੋਏ, ਉੱਥੇ ਕੀ ਡਿਸੀਜਨਸ ਲਏ ਗਏ ਆ, ਕਿੱਥੇ ਹੋਇਆ COP, ਉਸ ਚੀਜ਼ਾਂ ਤੁਸੀਂ ਥੋੜ੍ਹਾ ਫੋਕਸ ਕਰ ਸਕਦੇ ਹੋ। ਔਰ ਅਗਰ ਸਰਕਾਰ ਦੇ ਕੋਈ ਇਨੀਸ਼ੀਏਟਿਵ ਆ ਰਿਲੇਟਡ ਟੂ ਇਨਵਾਇਰਮੈਂਟ ਕੰਜ਼ਰਵੇਸ਼ਨ, ਇਕੋਲੋਜੀਕਲ ਕੰਜ਼ਰਵੇਸ਼ਨ, ਸੋ ਉਹਨਾਂ ਸਕੀਮਸ ਦੇ ਬਾਰੇ ਵੀ ਆਪਾਂ ਪੜ੍ਹ ਸਕਦੇ ਹਾਂ। ਸੋ ਇਟ ਇਜ਼ ਇੰਪੋਰਟੈਂਟ, ਇਹ ਮੋਸਟਲੀ ਕਰੰਟ ਓਰੀਐਂਟਡ ਕੁਐਸਚਨਸ ਹੀ ਇੱਥੋਂ ਪੁੱਛੇ ਜਾਂਦੇ ਆ, ਬਟ ਸਟਿਲ ਥੋੜ੍ਹਾ ਬਹੁਤ ਤੁਹਾਨੂੰ ਸਟੈਟਿਕ ਵੀ ਪੜ੍ਹਨਾ ਪਊਗਾ। ਔਰ ਅਗਰ ਤੁਸੀਂ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਹੋ ਵੀ ਕਿਹੜੀ ਬੁੱਕਸ ਨੂੰ ਫੋਲੋ ਕਰੀਏ ਫੋਰ ਪ੍ਰੀਲਿਮਸ ਫੋਰ ਮੇਨਸ, ਤਾਂ ਮੈਂ ਇੱਕ ਵੀਡੀਓ ਇਸ ਤੋਂ ਪਹਿਲਾਂ ਅਪਲੋਡ ਕੀਤੀ ਹੋਈ ਹੈ ਫੋਰ ਪ੍ਰੀਲਿਮਸ ਐਂਡ ਮੇਨਸ ਬੋਥ, ਪ੍ਰੀਲਿਮਸ ਦੇ ਲਈ ਕਿਹੜੀਆਂ ਬੁੱਕਸ ਨੂੰ ਆਪਾਂ ਫੋਲੋ ਕਰ ਸਕਦੇ ਹਾਂ, ਮੇਨਸ ਦੇ ਲਈ ਕਿਹੜੀਆਂ ਬੁੱਕਸ ਨੂੰ ਫੋਲੋ ਕਰ ਸਕਦੇ ਹਾਂ। ਹਾਲਾਂਕਿ ਇੰਟੀਗ੍ਰੇਟਿਡ ਸਟੱਡੀ ਹੁੰਦੀ ਹੈ, ਬਟ ਕਈ ਸਟੂਡੈਂਟ ਐਸੇ ਹੋਣਗੇ ਜਿਨ੍ਹਾਂ ਨੇ ਜਸਟ 2-4 months ਪਹਿਲਾਂ ਆਪਦੀ ਕੋਚਿੰਗ ਜਾਂ ਫਿਰ ਪ੍ਰੈਪਰੇਸ਼ਨ ਸਟਾਰਟ ਕੀਤੀ ਹੋਊਗੀ, ਸੋ ਉਹ ਟਾਰਗੇਟ ਕਰ ਸਕਦੇ ਆ ਪ੍ਰੀਲਿਮਸ ਨੂੰ, ਬਿਕੋਜ਼ ਪ੍ਰੀਲਿਮ ਹੋ ਸਕਦਾ 2 months ਦੇ ਵਿੱਚ ਜਾਂ 3 months ਦੇ ਵਿੱਚ ਜਾਂ ਫਿਰ ਫੈਬਰੀ ਤੱਕ ਪ੍ਰੀਲਿਮਸ ਹੋ ਸਕਦਾ। ਸੋ ਤੁਹਾਡੇ ਕੋਲ ਜ਼ਿਆਦਾ ਟਾਈਮ ਨਹੀਂ ਹੈ, ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ, ਉਹਦਾ ਲਿੰਕ ਜਿਹੜਾ ਹੈਗਾ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਅਟੈਚ ਕਰ ਦੂੰਗਾ, ਉੱਥੋਂ ਜਾ ਕੇ ਤੁਸੀਂ ਉਸ ਵੀਡੀਓ ਨੂੰ ਜ਼ਰੂਰ ਦੇਖਣਾ ਗਾ। ਦੈਨ ਉਸ ਤੋਂ ਬਾਅਦ ਆਪਣੇ ਕੋਲ ਆ ਪੰਜਾਬ GK, ਕਿ ਪੰਜਾਬ GK ਕਿੰਨਾ ਕੁ ਇੰਪੋਰਟੈਂਟ ਹੈ। ਦੇਖੋ ਪੰਜਾਬ GK ਦੇ ਲਈ ਮੋਸਟਲੀ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ, ਜਿਹੜੇ ਮੈਂ ਇੱਥੇ ਕੁਐਸਚਨਸ ਦੇਖੇ ਆ, ਇੱਕ ਤਾਂ ਤੁਸੀਂ ਪੰਜਾਬ ਦਾ ਮੈਪ ਬਹੁਤ ਅੱਛੇ ਤਰੀਕੇ ਦੇ ਨਾਲ ਮਤਲਬ ਘੋਲ ਕੇ ਪੀ ਲਓ, ਕਿਹੜੀ ਡਿਸਟ੍ਰਿਕਟ ਕਿੱਥੇ ਆ, ਰਿਵਰਸ ਕੌਣ ਕੌਣ ਦੀਆਂ ਡਿਸਟ੍ਰਿਕਟ ਜਿਹੜੀਆਂ ਹੈਗੀਆਂ ਉੱਥੋਂ ਲੰਘਦੀਆਂ ਆਪਾਂ ਕਹਿ ਸਕਦੇ ਹਾਂ। ਦੈਨ ਇਸ ਤੋਂ ਇਲਾਵਾ ਪੰਜਾਬ ਹਿਸਟਰੀ, ਗੁਰੂਆਂ ਦੇ ਬਾਰੇ ਤੁਸੀਂ ਜ਼ਰੂਰ ਪੜ੍ਹਨਾ। ਦੈਨ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ, ਮੋਸਟ ਇੰਪੋਰਟੈਂਟ ਟੋਪਿਕ, ਉਹਦੇ ਬਾਰੇ ਜ਼ਰੂਰ ਪੜ੍ਹਨਾ। ਦੈਨ ਇਸ ਤੋਂ ਇਲਾਵਾ ਆਪਣੇ ਕੋਲ ਜਿਹੜਾ ਪੰਜਾਬ ਦਾ ਲਿਟਰੇਚਰ ਐਂਡ ਕਲਚਰ ਆ, ਖਾਸ ਤੌਰ 'ਤੇ ਬੁੱਕਸ ਜਿਹੜੀਆਂ ਹੈਗੀਆਂ ਗੀਆਂ, ਉਹਨਾਂ ਦੇ ਬਾਰੇ ਇੱਕ ਵਾਰੀ ਜ਼ਰੂਰ ਰੀਡ ਕਰ ਲੈਣਾ ਵੀ ਕਿਹੜੇ ਇੰਪੋਰਟੈਂਟ ਨੋਵਲਸ ਪੰਜਾਬ ਦੇ ਹੈਗੇ ਆ, ਕਿਉਂਕਿ ਉਹਦੇ ਉੱਪਰ ਸਿੱਧਾ ਕੁਐਸਚਨ ਪੁੱਛਿਆ ਜਾਂਦਾ। ਸੋ ਉਹੀ ਚੀਜ਼ ਆ, ਮੂਵਮੈਂਟਸ ਆਫ ਪੰਜਾਬ, ਅੱਛਾ ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਇਹਨਾਂ ਚੀਜ਼ਾਂ ਦੇ ਉੱਪਰ ਕੁਐਸਚਨ ਪੁੱਛੇ ਗਏ ਆ, ਕੋਈ ਜ਼ਿਆਦਾ ਅਕਾਲੀ ਮੂਵਮੈਂਟ, ਕੋਈ ਜ਼ਿਆਦਾ ਮੂਵਮੈਂਟਸ ਨਹੀਂ ਆ। ਸੋ ਮਤਲਬ ਬੜਾ ਲਿਮਿਟਿਡ ਜਿਹਾ ਆਪਣੇ ਕੋਲ ਇੱਥੇ ਸਿਲੇਬਸ ਆ ਪੰਜਾਬ GK ਦਾ, ਔਰ ਉਹਦੇ ਵਿੱਚ ਅੱਛੇ ਖਾਸੇ ਕੁਐਸਚਨਸ ਆ ਜਾਂਦੇ ਆ। ਸੋ ਲਿਟਰੇਚਰ ਆਫ ਪੰਜਾਬ ਨੂੰ ਪੜ੍ਹੋ, ਲਿਟਰੇਚਰ ਆਫ ਪੰਜਾਬ ਇਨ ਦਾ ਸੈਂਸ ਬੁੱਕਸ ਔਰ ਆਥਰਸ ਬਾਰੇ ਪੜ੍ਹ ਲਓ ਤੁਸੀਂ। ਦੈਨ ਇੰਪੋਰਟੈਂਟ ਪਰਸਨੈਲਿਟੀਜ਼ ਆਫ ਪੰਜਾਬ, ਜਿਵੇਂ ਫਰੀਡਮ ਸਟਰਗਲ ਦੇ ਵਿੱਚ
ਜਾਂ ਫਿਰ ਡਿਊਰਿੰਗ ਦਾ ਭਗਤੀ ਮੂਵਮੈਂਟ, ਉਹ ਤੁਸੀਂ ਪੜ੍ਹ ਸਕਦੇ ਹੋ। ਦੈਨ ਮੈਪ ਆਫ ਪੰਜਾਬ ਐਂਡ ਲੋਕੇਸ਼ਨਸ ਸੈਂਸਿਸ 2011, ਆਈ ਐਮ ਸੋਰੀ, ਅਤੇ 2012 ਲਿਖਾ ਹੋਇਆ, ਇਟ ਇਜ਼ 2011 ਦਾ ਜਿਹੜਾ ਸੈਂਸਿਸ ਆ ਉਹ ਤੁਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਕਵਰ ਕਰਨਾ, ਔਰ ਪੰਜਾਬ ਓਰੀਐਂਟਡ ਇਨਫੋਰਮੇਸ਼ਨ ਨੂੰ ਜ਼ਿਆਦਾ ਫੋਕਸ ਕਰਨਾ। ਇੰਡੀਆ ਦੇ ਬਾਰੇ ਨਹੀਂ ਪੁੱਛਿਆ ਜਾਂਦਾ, ਪੰਜਾਬ ਦੇ ਬਾਰੇ ਪੁੱਛਿਆ ਜਾਂਦਾ। ਦੈਨ ਲਾਸਟ, ਪੰਜਾਬ ਗਵਰਨਮੈਂਟ ਦੀਆਂ ਰੀਸੈਂਟ ਕੋਈ ਸਕੀਮਸ ਹੈਗੀਆਂ, ਤਾਂ ਸਕੀਮਸ ਦੇ ਉੱਪਰ ਵੀ ਕੁਐਸਚਨ ਜਿਹੜਾ ਹੈਗਾ ਉਹ ਪੁੱਛਿਆ ਜਾਂਦਾ। ਦੈਟਸ ਇਟ, ਦਿਸ ਇਜ਼ ਆਲ ਅਬਾਊਟ ਲਾਸਟ ਪੰਜਾਬ PCS ਦੇ ਜਿਹੜੇ ਜਰਨਲ ਸਟੱਡੀਜ਼ ਦੇ ਪੇਪਰ ਆ। ਸੋ ਅਗਰ ਤੁਸੀਂ ਇਹਨਾਂ ਟੋਪਿਕਸ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਵਰ ਕਰ ਸਕਦੇ ਹੋ, ਦੈਨ ਤੁਹਾਡੇ ਕੋਲ ਅੱਛਾ ਖਾਸਾ ਟਾਈਮ ਵੀ ਹੈ, ਇਨਫੈਕਟ ਤੁਸੀਂ ਕਰ ਹੀ ਸਕਦੇ ਹੋ। ਸੋ ਅਗਰ ਤੁਸੀਂ ਇਸ ਟੋਪਿਕਸ ਨੂੰ ਅੱਛੇ ਤਰੀਕੇ ਦੇ ਨਾਲ ਕਵਰ ਕਰ ਲਵੋ, ਤਾਂ ਮਤਲਬ 70% ਤੁਸੀਂ ਜਿਹੜਾ ਪੇਪਰ ਆਪਣਾ ਹੈਗਾ ਹੈਗਾ ਪੰਜਾਬ PCS ਪ੍ਰੀਲਿਮਸ ਦਾ ਪੇਪਰ, GS ਦਾ ਪੇਪਰ ਈਜ਼ੀਲੀ ਟੈਕਲ ਕਰ ਸਕਦੇ ਹੋ। ਔਰ ਅਗਰ ਤੁਸੀਂ ਪੰਜਾਬ PCS ਦੀ ਕੋਚਿੰਗ ਦੇ ਬਾਰੇ ਸੋਚ ਰਹੇ ਹੋ, ਦੈਨ ਯੂ ਕੈਨ ਕੰਟੈਕਟ ਔਨ ਦਿਸ ਨੰਬਰ, ਯੂ ਕੈਨ ਕੰਟੈਕਟ ਬਾਏ ਦਿਸ ਈਮੇਲ ID, ਔਰ ਯੂ ਕੈਨ ਵਿਜ਼ਿਟ ਅਵਰ ਓਫੀਸ਼ੀਅਲ ਵੈਬਸਾਈਟ, ਦੈਟ ਇਜ਼ www.nimbusis.com। ਸੋ ਥੈਂਕ ਯੂ ਸੋ ਮਚ ਐਂਡ ਸਤਿ ਸ਼੍ਰੀ ਅਕਾਲ।